ਬੇਟਾ ਬਚਾਓ ਖਿਡਾਰੀ ਬਣਾਓ ਮੁਹਿੰਮ ਦੀ ਸ਼ੁਰੂਆਤ 2 ਜਨਵਰੀ 2024 ਦਿਨ ਮੰਗਲਵਾਰ ਦੁਪਹਿਰ 1:30 ਵਜੇ ਲਾਰੈਂਸ ਰੋਡ ਤੋਂ ਲੈ ਕੇ ਨੋਵਲਟੀ ਚੌਂਕ ਤੱਕ ਸਰਦਾਰ ਵਰਿੰਦਰ ਸਿੰਘ ਖੋਸਾ, ਮੈਡਮ ਅਮਨਦੀਪ ਕੌਰ, ਮੈਡਮ ਖੁਸ਼ਬੂ ਸ਼ਰਮਾ ਦੀ ਅਗਵਾਈ ਹੇਠ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਨਸ਼ਿਆਂ ਨੂੰ ਰੋਕਣ ਲਈ ਜਾਗਰੂਕਤਾ ਰੈਲੀ ਦੀ ਪ੍ਰਧਾਨਗੀ ਗਗਨਦੀਪ JS ਜੁਵੈਲਰਸ ਲਾਰੈਂਸ ਰੋਡ ਵੱਲੋਂ ਕੀਤੀ ਗਈ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਨਸ਼ਿਆਂ ਨੂੰ ਛੱਡ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਗਗਨਦੀਪ, ਦੀਪਕ ਸੂਰੀ, ਰਘੂ, ਬਲਵਿੰਦਰ ਸਿੰਘ, ਰੋਹਿਤ ਮਲਹੋਤਰਾ, ਗੌਰਵ ਦੁਰਗਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਅੱਜ ਲਾਰੈਂਸ ਰੋਡ ਤੋਂ JS ਜੁਵੈਲਰਸ ਤੋਂ ਇੱਕ ਬੜੀ ਵਧੀਆ ਸ਼ਹਿਰ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਗਈ ਹੈ, ਬੇਟਾ ਬਚਾਓ ਖਿਡਾਰੀ ਬਣਾਓ। ਸਾਡੇ ਪੰਜਾਬ ਦੇ ਕਾਫੀ ਨੌਜਵਾਨ ਨਸ਼ਿਆਂ ਦੇ ਵਿੱਚ ਜਾਂਦੇ ਪਏ ਨੇ, ਉਹਨਾਂ ਨੂੰ ਬਚਾਉਣ ਵਾਸਤੇ ਅੱਜ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਅਸੀਂ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ। ਅਸੀਂ ਇੱਕ ਮੁਹਿੰਮ ਸਟਾਰਟ ਕਰਨ ਲੱਗੇ ਹਾਂ ਜਿਹਦਾ ਨਾਮ ਹੈ ਬੇਟਾ ਬਚਾਓ ਖਿਡਾਰੀ ਬਣਾਓ। ਅਸੀਂ ਇਸ ਮੁਹਿੰਮ ਨੂੰ ਬਹੁਤ ਹੀ ਅੱਗੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ, ਜਿਹਦਾ ਸਹਿਯੋਗ ਸਾਰੇ ਅੰਮ੍ਰਿਤਸਰ ਵਾਸੀਆਂ ਦਾ ਸਾਨੂੰ ਚਾਹੀਦਾ।